ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੇ ਤੁਹਾਡੇ ਸਤੰਬਰ ਦੇ ਵਿੱਚ ਪੇਪਰ ਹੋ ਰਿਹਾ ਉਹਨਾਂ ਦੇ ਲਈ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦੀ ਸ਼ੀਟ ਮਿਲੇਗੀ ਜਿਹਦੇ ਵਿੱਚ ਦੋਸਤੋ ਤੁਸੀਂ ਆਪਣਾ ਆਨਸਰ ਸਿਲੈਕਟ ਕਰਨੇ ਆ ਕੀ ਤੁਹਾਨੂੰ ਵੀ OMR ਸ਼ੀਟ ਮਿਲੇਗੀ ਜਿਵੇਂ 8ਵੀਂ ਤੇ 10ਵੀਂ ਵਾਲਿਆਂ ਨੂੰ ਮਿਲ ਰਹੀ ਆ ਆ ਵਾਲੀ ਠੀਕ ਹੈ ਜੀ ਇਹ ਵੀ ਤੁਹਾਨੂੰ ਦਿਖਾ ਦਾਂਗੇ ਇਹ ਵਾਲੀ ਠੀਕ ਹੈ ਜੀ ਤੇ ਕੀ ਤੁਹਾਨੂੰ ਵੀ ਇਸੇ ਤਰ੍ਹਾਂ ਮਿਲੇਗੀ 6ਵੀਂ 7ਵੀਂ ਠੀਕ ਹੈ ਜੀ 9ਵੀਂ 11ਵੀਂ 12ਵੀਂ ਨੂੰ ਤਾ ਦੋਸਤੋ ਇਹ ਵੀ ਤੁਹਾਨੂੰ ਦੱਸਾਂਗੇ ਬਾਕੀ ਦੋਸਤੋ ਤੁਹਾਨੂੰ ਦੱਸਾਂਗੇ ਕੁਐਸਚਨ ਪੇਪਰ ਨੂੰ ਦੇਖ ਕੇ ਤੁਸੀਂ ਕਿਸ ਤਰ੍ਹਾਂ ਆਪਣਾ OMR ਸ਼ੀਟ ਫਿਲ ਕਰਨੀ ਹੈ ਠੀਕ ਹੈ ਜੀ ਐਟਮੀ ਦਸਵੀਂ ਵਾਲੇ ਠੀਕ ਹੈ ਜੀ ਇਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਜਿਨ੍ਹਾਂ ਵਿਦਿਆਰਥੀਆਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਸਾਡਾ ਪੇਪਰ ਪੈਟਰਨ ਕਿਸ ਤਰ੍ਹਾਂ ਦਾ ਆਵੇਗਾ ਸਿਲੇਬਸ ਕੀ ਹੈ ਠੀਕ ਹੈ ਜੀ ਤੇ ਸਿਲੇਬਸ ਨੂੰ ਡਾਊਨਲੋਡ ਕਿਸ ਤਰ੍ਹਾਂ ਕਰਨਾ ਵਾ ਸ਼ਾਰਟ ਦੇ ਵਿੱਚ ਦੋਸਤੋ ਤੁਹਾਨੂੰ ਦਾ ਜਿੰਨੇ ਦੋਸਤੋ ਤੁਹਾਡਾ ਪੇਪਰ ਪੈਟਰਨ ਐਮਸੀਕਿਊ ਬੇਸ ਆ ਠੀਕ ਹੈ ਜੀ ਜਿਹਦੇ ਵਿੱਚ ਦੋਸਤੋ ਇੱਕ ਕੁਐਸਚਨ ਲਿਖਿਆ ਹੋਊਗਾ ਚਾਰ ਆਪਸ਼ਨਾਂ ਹੁੰਦੀਆਂ ਨੇ ਠੀਕ ਹੈ ਜੀ ਤੇ ਤੁਸੀਂ ਕੋਈ ਇੱਕ ਸਿਲੈਕਟ ਕਰਨੀ ਆ ਤੇ ਸਿਲੇਬਸ ਦੋਸਤੋ ਸਿਲੇਬਸ ਦੱਸਣ ਦੇ ਲਈ ਦੋਸਤੋ ਤੁਹਾਨੂੰ ਸ਼ਾਰਟ ਦੇ ਵਿੱਚ ਇੱਕ ਪੀਡੀਐਫ ਚ ਹੀ ਦਿਖਾ ਦਿੰਨੇ ਆ ਤਾਂ ਦੋਸਤੋ ਦੇਖ ਸਕਦੇ ਹੋ 25% ਦੋਸਤੋ ਤੁਹਾਡਾ ਜਿਹੜਾ ਅਪ੍ਰੈਲ ਮਈ ਦਾ ਜਿਹੜਾ ਸਿਲੇਬਸ ਹੈ ਠੀਕ ਹੈ ਜੀ ਉਹਦੇ ਵਿੱਚ 25% ਦਾ ਠੀਕ ਹੈ ਜੀ ਤੇ ਜਿਹੜਾ ਜੁਲਾਈ ਅਗਸਤ ਦਾ ਬਾਕੀ ਦੋਸਤੋ ਉਹਦੇ ਵਿੱਚ 75% ਦਾ ਠੀਕ ਹੈ ਜੀ ਠੀਕ ਹੈ ਜੀ ਤੇ ਗੱਲ ਕਰੀਏ ਦੋਸਤੋ ਤੁਹਾਡਾ ਸਿਲੇਬਸ ਡਾਊਨਲੋਡ ਕਿਸ ਤਰ੍ਹਾਂ ਕਰਨਾ ਹੈ ਵਾ ਤਾਂ ਦੋਸਤੋ ਇਹਦੇ ਲਈ ਮੈਂ ਪਹਿਲਾਂ ਹੀ ਇੱਕ ਵੀਡੀਓ ਬਣਾ ਚੁੱਕਿਆ ਸੀਗਾ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਸਭ ਤੋਂ ਪਹਿਲਾਂ ਦੋਸਤੋ ਵੀਡੀਓ ਬਣਾਈ ਸੀਗੀ ਠੀਕ ਹੈ ਜੀ ਜਦੋਂ ਤੁਹਾਡੇ ਪੇਪਰਾਂ ਦੀ ਡੇਟ ਸੀਟ ਆਈ ਸੀ ਨਮੀ ਨਮੀ ਤਾਂ ਇਹ ਵੀਡੀਓ ਜਾਣਕਾਰੀ ਦਿੱਤੀ ਸੀਗੀ ਇਹਦੇ ਵਿੱਚ ਠੀਕ ਹੈ ਜੀ ਆਹ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਇਹ ਸਿਲੇਬਸ ਦੇਖਣਾ ਤੁਸੀਂ ਸਿਰਫ ਸਿਲੇਬਸ ਵਾਲਾ ਦੇਖਣਾ ਵਾ ਜਿਹਦੇ ਵਿੱਚ ਮੈਂ ਦੋਸਤੋ ਪੰਜਾਬ ਐਜੂਅਰ ਐਪ ਬਾਰੇ ਜਾਣਕਾਰੀ ਦਿੱਤੀ ਸੀਗੀ ਤੇ ਉੱਥੋਂ ਤੁਸੀਂ ਆਪਣਾ ਸਿਲੇਬਸ ਡਾਊਨਲੋਡ ਕਰ ਸਕਦੇ ਹੋ ਬਾਕੀ ਦੋਸਤੋ ਇਹਦੇ ਵਿੱਚ ਪੈਟਰਨ ਮੈਂ ਪੁਰਾਣਾ ਹੀ ਦੱਸਿਆ ਸੀਗਾ ਠੀਕ ਹੈ ਜੀ ਆਹ ਪੈਟਰਨ ਨਾ ਦੇਖਿਓ ਇਹਦੇ ਵਿੱਚ ਕਿਉਂਕਿ ਦੋਸਤੋ ਪੈਟਰਨ ਉਦੋਂ ਦੱਸਿਆ ਸੀ ਜਦੋਂ ਨਵੇਂ ਨਈ ਤੁਹਾਡੀ ਡੇਟ ਸੀਟ ਆਈ ਸੀ ਪੈਟਰਨ ਉਸ ਵਕਤ ਦੋਸਤੋ ਦੂਸਰਾ ਸੀਗਾ ਪਰ ਇਹ ਪੈਟਰਨ ਹੁਣ ਚੇਂਜ ਹੋ ਚੁੱਕਿਆ ਵਾ ਹੁਣ ਸਾਰੇ ਕੁਐਸਚਨ ਦੋਸਤੋ ਐਮਸੀ ਪਹਿਲਾ ਪੈਟਰਨ ਸੀਗਾ ਦੋਸਤੋ ਨੋਰਮਲ ਜਿਵੇਂ ਤੁਹਾਡਾ ਡਿਸਕ੍ਰਿਪਟਿਵ ਪੇਪਰ ਹੁੰਦਾ ਇੱਕ ਕੁਐਸਚਨ ਲਿਖਿਆ ਹੁੰਦਾ ਤੇ ਤੁਸੀਂ ਉਸ ਨੂੰ ਐਕਸਪਲੇਨ ਕਰਦੇ ਹੋ ਓਵੇਂ ਸੀਗਾ ਪਰ ਹੁਣ ਇਹ ਚੇਂਜ ਹੋ ਚੁੱਕਿਆ ਵਾ ਹੁਣ ਐਮਸੀਕਿਊ ਬੇਸ ਹੋ ਗਿਆ ਵਾ ਠੀਕ ਹੈ ਜੀ ਇਸ ਲਈ ਦੋਸਤੋ ਇਹਦੇ ਵਿੱਚ ਇਹ ਵੀਡੀਓ ਦੇ ਵਿੱਚ ਸਿਰਫ ਤੁਸੀਂ ਆਪਣਾ ਸਿਲੇਬਸ ਦੇਖਿਓ ਕਿ ਸਿਲੇਬਸ ਕਿਸ ਤਰ੍ਹਾਂ ਡਾਊਨਲੋਡ ਕਰਨਾ ਵਾ ਆ ਵੀਡੀਓ ਲਿੰਕ ਦੇ ਵਾ ਦੋਸਤੋ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਵੀ ਅਵੇਲੇਬਲ ਆ ਬਾਕੀ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦਾਂਗੇ ਤੇ ਦੋਸਤੋ ਹੁਣ ਗੱਲ ਕਰਦੇ ਆ ਕਿ ਜਿਹੜੇ ਤੁਹਾਡੇ 8ਵੀਂ ਤੇ 1 ਠੀਕ ਹੈ ਜੀ ਤੇ ਉਹ ਕਿਸ ਤਰ੍ਹਾਂ ਫਿਲ ਕਰਨੀ ਆ ਠੀਕ ਹੈ ਜੀ ਬਾਕੀ ਦੋਸਤੋ ਦੂਸਰੀ ਹੋਰ ਕਲਾਸਿਸ ਰਹਿ ਗਈਆਂ ਜਿਹੜੀਆਂ ਠੀਕ ਹੈ ਜੀ ਉਹਨਾਂ ਨੂੰ ਵੀ ਕਿਓ ਮੈਰ ਸ਼ੀਟ ਮਿਲੇਗੀ ਉਹ ਵੀ ਦੱਸ ਦਿੰਨੇ ਆ ਤਾਂ ਦੋਸਤੋ ਪਹਿਲਾਂ ਆਪਾਂ ਦੇਖਦੇ ਆਂ 8ਵੀਂ ਦਾ ਫਿਰ ਦੇਖਾਂਗੇ 10ਵੀਂ ਦਾ ਤਾਂ ਦੋਸਤੋ ਇਸ ਤਰ੍ਹਾਂ ਦਾ ਤੁਹਾਨੂੰ ਓਐਮਆਰ ਸ਼ੀਟ ਮਿਲੇਗੀ ਜਿੱਥੇ ਤੇ ਉਸ ਤੋਂ ਤੁਸੀਂ ਆਪਣਾ ਸਟੂਡੈਂਟ ਨੇਮ ਤੇ ਸਕੂਲ ਨੇਮ ਤੇ ਸਟੂਡੈਂਟ ਨੇਮ ਲਿਖਣਾ ਆ ਪਾ ਇੰਗਲਿਸ਼ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਆਹ ਯੂ ਡੀ ਆਈ ਐਸ ਈ ਕੋਡ ਹੁੰਦਾ ਸਕੂਲ ਦਾ ਠੀਕ ਹੈ ਜੀ ਇਹ ਤੁਹਾਨੂੰ ਸਕੂਲ ਵਾਲੇ ਦੱਸ ਦੰਗੇ ਤੇ ਇੱਥੇ ਫ ਠੀਕ ਹੈ ਜਿਹੜਾ ਵੀ ਕੋਡ ਹੋਊਗਾ ਠੀਕ ਹੈ ਜੀ 1 2 3 4 5 6 ਜਾਂ ਜਿਹੜਾ ਵੀ ਕੋਡ ਹੋਊਗਾ ਉੱਪਰ ਲਿਖਣਾ ਤੁਸੀਂ ਉਸ ਤੋਂ ਬਾਅਦ ਜੇ ਮੰਨ ਲਓ ਅਗਰ ਤੁਸੀਂ ਇੱਥੇ 1 ਲਿਖਿਆ ਠੀਕ ਹੈ ਜੀ ਇੱਥੇ ਠੀਕ ਹੈ ਤਾਂ ਦੋਸਤੋ 1 ਇੱਥੇ ਲੱਭ ਕੇ ਇਸ ਤਰ੍ਹਾਂ ਗੋਲ-ਗੋਲ ਕਰ ਦੇਣਾ ਵਾ ਠੀਕ ਹੈ ਜੀ ਵਧੀਆ ਤੋਂ ਕਰਿਓ ਜਿਵੇਂ ਕਿ ਆਹਾ ਕੀਤਾ ਹੋਇਆ ਵਾ ਇੱਥੇ ਆਹ ਵਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇੱਥੇ ਕਰ ਲੈਣਾ ਵਾ ਤੇ ਮੰਨ ਲਓ ਅਗਰ ਤੁਸੀਂ ਇੱਥੇ 4 ਪਾਇਆ ਵਾ ਡੱਬੇ ਦੇ ਵਿੱਚ ਠੀਕ ਹੈ ਜੀ ਫਰਥ ਥੱਲੇ ਦੋਸਤੋ 4 ਦੇਖਣਾ ਵਾ ਤੇ ਉਸ ਨੂੰ ਇਸ ਤਰ੍ਹਾਂ ਕਰ ਦੇਣਾ ਵਾ ਅਗਰ ਇੱਥੇ ਤੁਸੀਂ 7 ਪ ਤੇ ਇੱਥੇ ਫਿਰ ਦੋਸਤੋ ਆਹ ਵਾਲੀ ਲਾਈਨ ਦੇ ਵਿੱਚ ਹੀ ਦੇਖਣਾ ਵਾ ਕਿ ਸਤ ਕਿੱਥੇ ਆ ਤੇ ਸਤ ਨੂੰ ਇਸ ਤਰ੍ਹਾਂ ਰੌਣ ਕਰ ਦੇਣਾ ਵਾ ਇੱਥੇ ਜੋ ਜੋ ਫਿਲ ਕਰੋਂਗੇ ਦੋਸਤੋ ਫਿਰ ਉਹ ਆ ਕੇ ਇੱਥੇ ਇਸ ਤਰ੍ਹਾਂ ਬਿੰਦੂ ਬਿੰਦੂ ਬਣਾ ਦੇਣਾ ਵਾ ਠੀਕ ਹੈ ਜੀ ਤੇ ਇੱਥੇ ਦੋਸਤੋ ਫਿਰ ਤੁਹਾਡੀ ਡੇਟ ਆਫ ਬਰਥ ਠੀਕ ਹੈ ਜੀ ਤੇ ਇੱਥੇ ਲਾ ਕੇ ਥੋੜੇ ਆਪਣਾ ਬਿੰਦੂ ਬਣਾ ਦੇਣਾ ਵਾ ਜੋ ਵੀ ਤੁਸੀਂ ਉੱਪਰ ਅੱਖਰ ਲਿਖੋਗੇ ਠੀਕ ਹੈ ਜੀ ਲਾਈਨ ਵਾ ਠੀਕ ਹੈ ਜੀ ਇੰਨਾ ਕਲੀਅਰ ਹੋ ਗਿਆ ਹਾਂਜੀ ਤੇ ਇੱਥੇ ਫਿਰ ਦੋਸਤੋ ਤੁਹਾਡਾ ਆਧਾਰ ਨੰਬਰ ਠੀਕ ਹੈ ਜੀ ইয়ার ਆਫ ਐਡਮਿਸ਼ਨ ਇਨ ਦਾ ਸਕੂਲ ਕਿਹੜੇ ਸਾਲ ਦੇ ਵਿੱਚ ਐਡਮਿਸ਼ਨ ਲਈਤੀ ਸੀ ਸੈਕਸ਼ਨ ਦੋਸਤੋ ਤੇ ਸਟੂਡੈਂਟ ਆਈਡੀ ਇਹ ਤੁਹਾਨੂੰ ਸਕੂਲ ਵਾਲੇ ਹੀ ਦੱਸਣਗੇ ਸੋਸ਼ਲ ਗਰੁੱਪ ਯਾਨੀ ਕਿ ਤੁਸੀਂ ਕਿਹੜੇ ਕਾਸਟ ਤੋਂ ਬਿਲੋਂਗ ਕਰਦੇ ਹੋ ਮੀਡੀਅਮ ਠੀਕ ਹੈ ਜੀ ਆਹ ਨੰਬਰਿੰਗ ਤਾਂ ਨਹੀਂ ਸਮਝਾਂਦਾ ਇਹ ਨੰਬਰ ਕਿਉਂ ਪਾਏ ਨੇ ਠੀਕ ਹੈ ਜੀ ਮੀਡੀਅਮ ਦਾ ਮਤਲਬ ਤਾਂ ਇਹੀ ਹੁੰਦਾ ਕਿ ਇੰਗਲਿਸ਼ ਪੰਜਾਬੀ ਇੱਥੇ ਨੰਬਰ ਕਿਉਂ ਪਾਏ ਨੇ ਇਹ ਤੁਹਾਨੂੰ ਸਕੂਲ ਵਾਲੇ ਹੀ ਦੱਸਣਗੇ ਬਾਕੀ ਦੋਸਤੋ ਏਰੀਆ ਕੋਡ ਤੁਹਾਡਾ ਸਕੂਲ ਕਿੱਥੇ ਆ ਰੂਰਲ ਏਰੀਆ ਵਾ ਅਰਬਨ ਏਰੀਆ ਸ਼ਹਿਰੀ ਆ ਪਿੰਡੂ ਠੀਕ ਹੈ ਜੀ ਗਵਰਨਮੈਂਟ ਸਕੂਲ ਆ ਜਾਂ ਗਵਰਨਮੈਂਟ ਐਟੇਡਡ ਆ ਠੀਕ ਹੈ ਤੁਸੀਂ ਕੀ ਹੋ ਬॉय ਆ ਗਰਲ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਟੈਸਟ ਫਾਰਮ ਠੀਕ ਹੈ ਜੀ ਇਹ ਵੀ ਤੁਹਾਨੂੰ ਸਕੂਲ ਵਾਲੇ ਹੀ ਦੱਸਣਗੇ ਤੇ ਦੋਸਤੋ ਮੇਨਲੀ ਗੱਲ ਆ ਕਿ ਹੁਣ ਇਹ OMR ਸ਼ੀਟ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ ਆਹ ਕੁਐਸਚਨ ਨੰਬਰ 1 ਠੀਕ ਹੈ ਜੀ ਤੇ ਆਪਸ਼ਨ ਕਿਹੜਾ ਤੁਹਾਨੂੰ ਸਹੀ ਲੱਗਦਾ ਇੱਕ ਪਹਿਲਾ ਆਪਸ਼ਨ ਜਾਂ ਦੂਸਰਾ ਜਾਂ ਤੀਸਰਾ ਜਾਂ ਚੌਥਾ ਇਹੇ ਦੋਸਤੋ ਕਿਵੇਂ ਪਤਾ ਲੱਗੂਗਾ ਤੁਹਾਨੂੰ ਇੱਕ ਕੁਐਸਚਨ ਪੇਪਰ ਵੀ ਮਿਲੇਗਾ ਠੀਕ ਹੈ ਕੁਐਸਚਨ ਪੇਪਰ ਕਿਸ ਤਰ੍ਹਾਂ ਦਾ ਹੋਵੇਗਾ ਇਸ ਤਰ੍ਹਾਂ ਦਾ ਹੀ ਕੁਐਸਚਨ ਪੇਪਰ ਹੋਵੇਗਾ ਜਿਵੇਂ ਕਿ ਆਹ ਦੇਖ ਸਕਦੇ ਹੋ ਕੁਐਸਚਨ ਲਿਖਿਆ ਹੋਇਆ ਹੈ ਨਾ ਤੇ ਚਾਰ ਆਪਸ਼ਨ ਆਨੇ 1 2 3 4 ਕੁਐਸਚਨ ਪੜ੍ਹ ਲਿਓ ਤੇ ਜਿਹੜੀ ਆਪਸ਼ਨ ਤੁਹਾਨੂੰ ਸਹੀ ਲੱਗਦੀ ਆ ਚਲੋ ਮੰਨ ਕੇ ਚਲੋ ਇਹਦੇ ਵਿੱਚ ਤੀਸਰੀ ਆਪਸ਼ਨ ਸਹੀ ਆ ਹਾਂ ਬਈ ਤੀਸਰੀ ਆਪਸ਼ਨ ਸਹੀ ਆ ਆਪਣੇ OMR ਸ਼ੀਟ ਤੇ ਜਾਣਾ ਵਾ ਤੇ ਅਸੀਂ ਪਹਿਲਾ ਕੁਐਸਚਨ ਤਾਂ ਦੇਖਿਆ ਸੀਗਾ ਪਹਿਲੇ ਕੁਐਸਚਨ ਦਾ ਸਾਨੂੰ ਤੀਸਰਾ ਆਨਸਰ ਤੀਸਰਾ ਜਿਹੜਾ ਆਪਸ਼ਨ ਸੀਗਾ ਉਹ ਸਹੀ ਲੱਗਦਾ ਸੀ ਇਸ ਤਰ੍ਹਾਂ ਫਿਰ ਅਸੀਂ ਗੋਲ-ਗੋਲ ਕਰ ਦੇਣਾ ਵਾ ਵਧੀਆ ਤੋਂ ਕਰਿਓ ਦੋਸਤੋ ਠੀਕ ਹੈ ਜੀ ਤੇ ਆ ਹੋ ਗਿਆ ਫਿਰ ਦੂਸਰਾ ਕੁਐਸਚਨ ਉੱਥੇ ਆਪਣੇ ਪ੍ਰਸ਼ਨ ਪੱਤਰ ਜਾ ਕੇ ਰੀਡ ਕਰਿਓ ਠੀਕ ਹੈ ਜੀ ਤੇ ਦੂਸਰੇ ਪ੍ਰਸ਼ਨ ਦਾ ਤੁਹਾਨੂੰ ਕਿਹੜਾ ਆਨਸਰ ਸਹੀ ਲੱਗਦਾ ਠੀਕ ਹੈ ਜੀ ਉੱਥੇ ਫਿਰ ਇਹ ਸਿਲੈਕਟ ਕਰ ਦਿਓ ਮੰਨ ਕੇ ਚੱਲੋ ਸਾਨੂੰ ਚੌਥਾ ਸਹੀ ਲੱਗਦਾ ਇਹ ਇਸੇ ਤਰ੍ਹਾਂ ਦੋਸਤੋ ਸੀ ਆਪਣੇ ਪ੍ਰਸ਼ਨ ਪੱਤਰ ਨੂੰ ਦੇਖ ਕੇ ਠੀਕ ਹੈ ਆਹ OMR ਸ਼ੀਟ ਫਿਲ ਕਰਨੀ ਆਤਾ ਹੋ ਗਿਆ ਦੋਸਤੋ 8ਵੀਂ ਵਾਲਿਆਂ ਦਾ ਤੇ ਸੇਮ ਦੋਸਤੋ ਇਸੇ ਤਰ੍ਹਾਂ 10ਵੀਂ ਵਾਲਿਆਂ 4 400 400 400 ਜੀ ਹਾਂਜੀ ਹੁਣ ਯਾਦ ਕਰ ਲਓ ਇਹ WhatsApp ਨੰਬਰ ਫਿਰ ਚਾਹੇ ਤੁਹਾਡਾ ਸਵਾਲ ਹੋਵੇ ਮੈਥ ਦਾ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਹੁਣ ਤੁਹਾਡੇ ਸਾਰੇ ਡਾਊਟ ਕੁਐਸਚਨ ਦਾ ਸੋਲੂਸ਼ਨ ਮਿਲੇਗਾ ਸਿੱਧਾ WhatsApp ਤੇ ਬਸ ਤੁਸੀਂ ਆਪਣੇ ਫੋਨ ਦੇ ਵਿੱਚ doubt not ਦਾ 8400400 WhatsApp ਨੰਬਰ ਸੇਵ ਕਰਨਾ ਹੈ ਤੇ ਚੈਟ ਓਪਨ ਕਰਨੀ ਹੈ ਤੇ ਜਿਹੜਾ ਵੀ ਤੁਹਾਡਾ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰਨਾ ਹੈ ਤੇ ਉਸ ਨੂੰ ਕ੍ਰੋਪ ਕਰਨਾ ਹੈ ਤੇ ਤੁਰੰਤ ਤੁਹਾਡਾ 5 ਸੈਕਿੰਡ ਦੇ ਅੰਦਰ ਵੀਡੀਓ ਸੋਲੂਸ਼ਨ ਆ ਜਾਏ ক্লাস 6ਵੀਂ ਤੋਂ 12ਵੀਂ IIT JEE NEET CBSE ਬੋਰਡ ਜਾਂ ਫਿਰ ਕਿਸੇ ਵੀ ਸਟੈਂਡਰਡ ਜਾਂ ਫਿਰ ਦੇਰੀ ਕਿਸ ਗੱਲ ਦੇ ਵਿੱਚ ਹਜੇ ਜਾਓ 8400400 ਤੇ ਤੇ ਆਪਣਾ ਸਵਾਲ WhatsApp ਕਰੋ ਤੇ ਸਾਰੇ ਡਾਊਟਸ ਨੂੰ ਆਊਟ ਕਰੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਕਹਿੰਦਾ ਇਹ ਹੈਗਾ ਠੀਕ ਹੈ ਜੀ ਤੇ ਦੋਸਤੋ ਇਹਦੇ ਵਿੱਚ ਇੱਕ ਹੋਰ ਕਨਫਿਊਜ਼ਨ ਵਾਲੀ ਗੱਲ ਹੈ ਕਿ ਹਾਂ 70 ਨੰਬਰ ਕਿਉਂ ਪਾਇਆ 70 ਕੁਐਸਚਨ 70 ਕੁਐਸਚਨ ਤਾਂ ਹੈ ਵੀ ਨਹੀਂ ਦੋਸਤੋ ਸਿਰਫ 35 ਨੇ ਠੀਕ ਹੈ ਜੀ ਤਾਂ ਇਹ ਤਾਂ ਫालतू ਦੇ ਵੀ ਦਿੱਤੇ ਹੋਏ ਨੇ ਠੀਕ ਹੈ ਜੀ ਇਹਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਹੋ ਸਕਦਾ ਤੁਹਾਨੂੰ 35 ਤੱਕ ਹੀ ਦੇ ਦੇਣ ਠੀਕ ਹੈ ਜੀ ਬਾਕੀ ਇਹਦਾ ਕੋਈ ਚੱਕਰ ਨਹੀਂ ਦੋਸਤੋ ਤੁਸੀਂ ਆਪਣੇ 35 40 ਜਿੰਨੇ ਵੀ ਕੁਐਸਚਨ ਹੋਣਗੇ ਤੁਸੀਂ ਉੱਥੇ ਤੱਕ ਆਪਣਾ ਸਿਲੈਕਟ ਕਰ ਲਿਓ ਬਾਕੀਆਂ ਨੂੰ ਐਵੇਂ ਹੀ ਛੱਡ ਦਿਓ ਠੀਕ ਹੈ ਜੀ ਤਾਂ ਦੋਸਤੋ ਇਹ ਤਾਂ ਹੋ ਗਿਆ 8ਵੀਂ 10ਵੀਂ ਦਾ ਤੇ ਹੁਣ ਦੋਸਤੋ ਗੱਲ ਕਰਦੇ ਹਾਂ ਕਿ 8ਵੀ ਤਾ ਦੋਸਤੋ ਦੇਖੋ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੀ ਹੋ ਸਕਦਾ ਦੋਸਤੋ ਤੁਹਾਨੂੰ ਵੀ OMR ਸ਼ੀਟ ਦੇ ਦੇਣ ਹੋ ਸਕਦਾ ਦੋਸਤੋ ਤੁਹਾਨੂੰ OMR ਸ਼ੀਟ ਨਾ ਦੇਣ ਸਿੰਪਲੀ ਦੋਸਤੋ ਤੁਹਾਨੂੰ ਕੁਐਸਚਨ ਪੇਪਰ ਹੀ ਦੇ ਦੇਵੇ ਇਸ ਤਰ੍ਹਾਂ ਦਾ ਠੀਕ ਹੈ ਜੀ ਦਿਖਾ ਦਿੰਨੇ ਆ ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਪੇਪਰ ਦੇ ਦੇਣ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਇੱਥੇ ਕਾਲਮ ਬਣੇ ਹੋਣ ਐਮ ਐਮ ਇਹ ਨਿਸ਼ਾਨ ਡੱਬੇ ਦੇ ਤੇ ਜਿਹੜਾ ਆਪਸ਼ਨ ਤੁਹਾਨੂੰ ਸਹੀ ਲੱਗਦਾ ਉਸ ਨੂੰ ਤੁਸੀਂ ਇੱਥੇ ਹੀ ਸਿਲੈਕਟ ਕਰਕੇ ਆਈ ਸਬਮਿਟ ਕਰਾ ਦੇਵੋ ਹੋ ਸਕਦਾ ਦੋਸਤੋ ਤੁਹਾਨੂੰ OMR ਸ਼ੀਟ ਦੇ ਦੇਣ ਜਿਵੇਂ 8ਵੀਂ ਤੇ 10ਵੀਂ ਵਾਲੇ ਨੂੰ ਦੇ ਰਿਆ ਠੀ ਤੇ 9ਵੀਂ 11ਵੀਂ 12ਵੀਂ ਦਾ ਠੀਕ ਹੈ ਜੀ ਤੁਹਾਨੂੰ ਵੀ ਦੇ ਦੇਣ ਓਐਮਆਰ ਹੋ ਸਕਦਾ ਨਹੀਂ ਵੀ ਦੇਣ ਦੋਸਤੋ ਬਾਕੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਅਗਰ ਤੁਹਾਨੂੰ ਮਿਲਦੀ ਹੈ ਓਐਮਆਰ ਤਾਂ ਤੁਸੀਂ ਫਿਲ ਵੀ ਕਰ ਸਕਦੇ ਹੋ ਕੋਈ ਐਡੀ ਵੱਲ ਐਡੀ ਗੱਲ ਹੈ ਨਹੀਂ ਠੀਕ ਹੈ ਜੀ ਤਾਂ ਦੋਸਤੋ ਆਹੀ ਦੱਸਣਾ ਸੀਗਾ ਸ਼ੀਟ ਇਸ ਤਰ੍ਹਾਂ ਦੀ ਮਿਲੇਗੀ ਬਾਕੀ ਦੋਸਤੋ ਸਾਡੇ ਕੋਲ ਕੁਝ ਹਾ ਸਤੰਬਰ ਪੇਪਰ ਦੇ ਲਈ ਸਵਾਗਤ ਜਿੰਦਗੀ ਦੇ ਠੀਕ ਹੈ ਜੀ 올 ਕਲਾਸ ਸਾਰੀਆਂ ਜਮਾਤਾਂ ਦੇ ਠੀਕ ਹੈ ਜੀ ਰੂਪਰੇਖਾ ਪਹੁੰਚੀ ਸੀ ਇੱਥੇ ਅਪਲੋਡ ਕਰ ਦਿੱਤੀ ਹੈ ਟੈਲੀਗ੍ਰam ਚੈਨਲ ਤੇ ਠੀਕ ਹੈ ਜੀ ਬਾਕੀ ਸਤੰਬਰ ਪੇਪਰ ਦੇ ਲਈ ਦੋਸਤੋ ਜਿਹੜਾ ਪੰਜਾਬੀ ਸਬਜੈਕਟ ਆ ਪਹਿਲੀ ਤੋਂ 6ਵੀਂ ਤੋਂ 10ਵੀਂ ਤੱਕ ਦੇ ਵੀ ਰੂਪਰੇਖਾ ਸਾਡੇ ਕੋਲ ਪਹੁੰਚੀ ਸੀਗੀ ਇਹ ਵੀ ਇੱਥੇ ਅਪਲੋਡ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਹਾਂ ਐਸਐਸਟੀ ਦਾ 10ਵੀਂ ਕਲਾਸ ਵਾਲਿਆਂ ਦਾ ਸੈਂਪਲ ਪੇਪਰ ਪਹੁੰਚਿਆ ਸੀਗਾ ਇਹ ਵੀ ਅਸੀਂ ਇੱਥੇ ਅਪਲੋਡ ਕਰ ਦਿੱਤਾ ਸੀ ਬਾਕੀ ਦੋਸਤੋ ਹੋਰ ਜਿਹੜੀਆਂ ਵੀ ਕਲਾਸਿਸ ਨੇ ਹੋਰ ਜਿਹੜੇ ਵੀ ਸਬਜੈਕਟ ਹੈ ਜਿਵੇਂ ਜਿਵੇਂ ਸਾਡੇ ਕੋਲ ਪਹੁੰਚਣਗੇ ਅਸੀਂ ਇੱਥੇ ਜਾਣਕਾਰੀ ਤੁਹਾਨੂੰ ਦੇ ਦਾਂਗੇ ਓਕੇ ਦੋਸਤੋ ਚਲੋ ਠੀਕ ਹੈ ਜੀ ਬਸ ਇਹੀ ਦੱਸਣਾ ਸੀਗਾ ਬਾਕੀ ਕੋਈ ਫਰਦਰ ਅਪਡੇਟ ਠੀਕ ਹੈ ਅਜੂਗਾ ਤੇ ਤੁਸੀਂ ਇਸ ਨੂੰ ਜੁਆਇਨ ਕਰ ਲਿਓ ਓਕੇ ਦੋਸਤੋ ਚਲੋ ਠੀਕ ਹੈ ਚੰਗਾ